ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਸਟ੍ਰੇਲੀਆ ਤੋਂ ਜੋ ਨਿਊਜ਼ ਆਈ ਆ, ਮੇ ਬੀ 2024 ਤੱਕ ਜੋ ਇੰਟਰਨੈਸ਼ਨਲ ਟਰੈਵਲ ਹੈ ਉਹ ਪ੍ਰੀ ਪੈਂਡਮਿਕ ਲੈਵਲਸ ਦੇ ਉੱਤੇ ਨਹੀਂ ਪਹੁੰਚੇਗਾ। ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ। ਮੇਰਾ ਨਾਮ ਗਗਨਦੀਪ ਸਿੰਘ ਸਿੱਧੂ, ਨੌਰਥ ਅਮੈਰੀਕਨ ਇੰਸਟੀਟਿਊਟ ਜੋ ਕਿ ਜੀ ਟੀ ਵੀ ਮਾਰਕੀਟ ਦੇ ਵਿੱਚ ਸਥਿਤ ਹੈ। ਸੋ ਜੋ ਅੱਜ ਲੇਟੈਸਟ ਨਿਊਜ਼ ਅਸੀਂ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਵੈਬਸਾਈਟ ਤੋਂ ਜੋ ਸਾਨੂੰ ਮਿਲੀ ਆ ਉਹ ਹੈਗੀ ਆ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੇ ਰਿਲੇਟਡ। ਠੀਕ ਹੈ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੂਰੀ ਦੁਨੀਆ ਦੇ ਵਿੱਚ ਜੋ ਰਿਸਟ੍ਰਿਕਸ਼ਨਸ ਨੇ ਜੋ ਕਿ ਕੋਵਿਡ-19 ਕਰਕੇ ਇੰਪਲੀਮੈਂਟ ਕੀਤੀਆਂ ਹੋਈਆਂ ਨੇ। ਸੋ ਆਸਟ੍ਰੇਲੀਆ, ਕੈਨੇਡਾ ਅਤੇ ਆਪਾਂ UK ਲਾ ਲਈਏ, USA ਲਾ ਲਈਏ, ਸੋ ਇਹ ਸਭ ਤੋਂ ਮਤਲਬ ਮੇਨ ਕੰਟਰੀਜ਼ ਨੇ ਵੀ ਜਿੱਥੇ ਕਿ ਸਟੂਡੈਂਟ ਨੇ ਜੋ ਆਪਣਾ ਵਧੀਆ ਫਿਊਚਰ ਬਣਾਉਣ ਦੇ ਲਈ ਆਪਣੇ ਅੱਗੇ ਸਟੱਡੀ ਦੇ ਲਈ ਇਹਨਾਂ ਕੰਟਰੀਜ਼ ਦੇ ਲਈ ਅਪਲਾਈ ਕਰਦੇ ਨੇ। ਸੋ ਬਟ ਜੇ ਆਪਾਂ ਇਹਨਾਂ ਸਾਰੀਆਂ ਕੰਟਰੀਜ਼ ਦੇ ਵਿਦਿਨ ਗੱਲ ਕਰੀਏ ਵੀ ਜਿੱਥੇ ਜ਼ਿਆਦਾ ਰਿਸਟ੍ਰਿਕਸ਼ਨਸ ਆ ਜਿਹਨਾਂ ਵੱਲੋਂ ਸਟ੍ਰਿਕਟਲੀ ਲਾਈਆਂ ਗਈਆਂ, ਸੋ ਉਹ ਸੀਗਾ ਜੀ ਆਸਟ੍ਰੇਲੀਆ। ਆਸਟ੍ਰੇਲੀਆ ਨੇ ਕਾਫੀ ਸਮੇਂ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਸੀਗਾ, ਨਿਊਜ਼ ਆ ਰਹੀਆਂ ਸੀਗੀਆਂ ਵੀ ਉਹਨਾਂ ਨੇ ਆਪਣੇ ਇੰਟਰਨੈਸ਼ਨਲ ਬਾਰਡਰਸ ਨੇ ਜਿਹੜੇ ਬਿਲਕੁਲ ਸੀਲ ਕਰ ਦਿੱਤੇ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਏਅਰਲਾਈਨਸ ਨੇ ਜਿਹੜੀਆਂ ਉੱਥੇ ਨਹੀਂ ਜਾ ਰਹੀਆਂ ਹੈਗੀਆਂ, ਐਕਸੈਪਟ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਉਹਨਾਂ ਦੇ ਪ੍ਰਾਈਵੇਟ ਚਾਰਟਰਸ ਨੇ ਉਹਨਾਂ ਤੋਂ ਬਿਨਾਂ। ਸੋ ਉਹੀ ਨਿਊਜ਼ ਅੱਜ ਜੋ ਆਪਾਂ ਨੂੰ ਅਫੀਸ਼ੀਅਲ ਸੋਰਸਸ ਤੋਂ ਮਿਲੀ ਆ ਤਾਂ ਵੀ ਉਹਦੇ ਤੋਂ ਇਹ ਪਤਾ ਲੱਗਿਆ ਵੀ ਜਿਹੜੀ ਇੰਟਰਨੈਸ਼ਨਲ ਟਰੈਵਲ ਆ ਆਸਟ੍ਰੇਲੀਆ ਦਾ, ਮੇ ਬੀ ਐਂਡ ਆਫ ਦਿਸ ਈਅਰ ਤੁਸੀਂ ਲਾ ਲਓ ਜਾਂ ਫਿਰ 2022 ਦੇ ਜਿਹੜਾ ਫਸਟ ਕੁਆਟਰ ਹੋਊਗਾ ਉਹਦੇ 'ਚ ਓਪਨ ਹੋਣ ਦੇ ਉਹਨਾਂ ਨੇ ਆਸਾਰ ਦੱਸੇ ਨੇ। ਅਤੇ ਉਦੋਂ ਵੀ ਜਦੋਂ ਉਹ ਓਪਨ ਹੋਊਗਾ ਸੋ ਦੈਟ ਵੁੱਡ ਬੀ ਲਾਈਕ ਗ੍ਰੈਜੂਅਲੀ ਦੇ ਵਿਲ ਬੀ ਆਸਕਿੰਗ ਦਾ ਸਟੂਡੈਂਟਸ ਟੂ ਕਮ ਐਂਡ ਇਨ ਆਸਟ੍ਰੇਲੀਆ ਐਂਡ ਡੂ ਦੀਅਰ ਸਟੱਡੀਜ਼। ਮਤਲਬ ਬਹੁਤ ਹੌਲੀ ਹੌਲੀ ਵੀ ਉਹ ਸਟੂਡੈਂਟਸ ਨੂੰ ਬੁਲਾਉਣਗੇ ਜੋ ਕੁਆਰੰਟੀਨ ਦੇ ਉਹਨਾਂ ਦੇ ਆਪਣੀਆਂ ਗਾਈਡਲਾਈਨਸ ਵਗੈਰਾ ਹੋਣਗੀਆਂ ਉਹ ਸੈਟਅਪ ਕੀਤੀਆਂ ਜਾਣਗੀਆਂ, ਐਜ਼ ਜਿਵੇਂ ਕਿ ਆਪਾਂ ਕੈਨੇਡਾ ਦੇ ਵਿੱਚ ਦੇਖ ਰਹੇ ਹਾਂ ਵੀ ਉਹਨਾਂ ਨੇ ਵੀ ਕੁਆਰੰਟੀਨ ਰੱਖਿਆ ਹੋਇਆ। ਤੁਸੀਂ ਆਪਣਾ ਹੋਟਲ ਬੁਕਿੰਗ ਕਰੋ, ਤੁਸੀਂ 14 ਡੇਜ਼ ਦਾ ਪਲੈਨ ਆਪਣੇ ਨਾਲ ਲੈ ਕੇ ਆਓ ਐਂਡ ਦੈਨ ਉਸ ਤੋਂ ਬਾਅਦ ਤੁਸੀਂ ਨੋਰਮਲੀ ਆਪਣੀ ਸਟੱਡੀਜ਼ ਵਗੈਰਾ ਜਾਂ ਜੋ ਵੀ ਜਿੱਥੇ ਤੁਸੀਂ ਰਹਿਣਾ ਤੁਸੀਂ ਕੰਟੀਨਿਊ ਕਰ ਸਕਦੇ ਹੋ। ਸੋ ਸੇਮ ਮੇ ਵੀ ਉਹੀ ਚੀਜ਼ ਆ ਜੋ ਕਿ ਆਸਟ੍ਰੇਲੀਆ ਦੇ ਲਈ ਹੋ ਸਕਦੀ ਆ, ਸਟਿਲ ਹੋ ਸਕਦੀ ਆ। ਓਕੇ, ਬਟ ਨਾਲ ਇਹ ਵੀ ਕਿਹਾ ਜਾ ਰਿਹਾ ਵੀ ਸ਼ਾਇਦ 2024 ਤੱਕ ਜਿਹੜੇ ਤੁਹਾਡੇ ਆਪਣੇ ਜਿਵੇਂ ਦੇਖਦੇ ਵੀ ਨੋਰਮਲ ਜੋ ਫਲਾਈਟਸ ਓਕੇ ਪਹਿਲਾਂ ਚੱਲ ਰਹੀਆਂ ਸੀਗੀਆਂ ਕੋਵਿਡ-19 ਤੋਂ ਜੋ ਹੈ ਨਾ ਪਹਿਲਾਂ ਵਾਲੇ ਮਤਲਬ ਨੋਰਮਲ ਹਾਲਾਤ ਸੀਗੇ, ਸੋ ਆਸਟ੍ਰੇਲੀਆ ਦੇ ਵਿੱਚ ਸ਼ਾਇਦ ਵੀ ਉਹ ਜਿਹੜੀ ਹਾਲਾਤ ਨੋਰਮਲ ਹੋਣਗੇ, ਸੋ ਉਹ ਹੋਣਗੇ 2024 ਤੱਕ। ਠੀਕ ਆ ਜੀ, ਸੋ ਇਹ ਜਿਹੜੀ ਚੀਜ਼ ਆ ਇਹ ਵਰੀ ਕਰਨ ਵਾਲੀ ਆ, ਸਪੈਸ਼ਲੀ ਫੋਰ ਦੋਜ਼ ਉਹ ਜਿਹੜੇ ਪਲੈਨ ਕਰ ਰਹੇ ਆ ਵੀ ਆਸਟ੍ਰੇਲੀਆ ਦੇ ਵਿੱਚ ਜਾ ਕੇ ਆਪਣੀ ਸਟੱਡੀ ਕਰਨਗੇ। ਠੀਕ ਆ ਜੀ, ਔਨਲਾਈਨ ਸਟੱਡੀ ਕਰਾਂਗੇ ਉਹਦਾ ਕੀ ਫਾਇਦਾ ਹੋਊਗਾ? ਠੀਕ ਆ ਜੀ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਉੱਥੇ ਕੀ ਕਰਨ ਜਾ ਰਹੇ ਹਾਂ, ਫੋਰ ਅ ਬੈਟਰ ਫਿਊਚਰ, ਵੀ ਅਸੀਂ ਉੱਥੇ ਰਹਾਂਗੇ ਆਪਣਾ ਫਿਊਚਰ ਸੈਟਅਪ ਕਰਾਂਗੇ ਹੈ ਨਾ, ਆਪਣੇ ਫੀਸਸ ਵਗੈਰਾ ਨੇ ਆਪਾਂ ਇੱਧਰੋਂ ਤਾਂ ਇੱਕ ਸੈਮ ਦੀ ਭਰ ਦਿੰਦੇ ਹਾਂ, ਇੱਕ ਈਅਰ ਦੀ ਭਰ ਦਿੰਦੇ ਹਾਂ, ਬਟ ਅੱਗੇ ਆਪਣੇ ਪਲੈਨਸ ਕੀ ਹੁੰਦੇ ਨੇ ਵੀ ਆਪਾਂ ਉੱਥੇ ਕੰਮ ਕਰਾਂਗੇ ਜੋ ਕਿ ਆਪਾਂ ਨੂੰ 20 ਆਵਰਸ ਦੀ ਪਰਮਿਸ਼ਨ ਮਿਲਦੀ ਆ ਐਂਡ ਦੈਨ ਉਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਅਗਲੀਆਂ ਫੀਸਸ ਨੇ ਉਹ ਉੱਥੋਂ ਇਕੱਠੀਆਂ ਕਰਾਂਗੇ, ਜੇ ਥੋੜ੍ਹੀ ਬਹੁਤੀ ਹੈਲਪ ਲਈ ਪੇਰੈਂਟਸ ਤੋਂ ਲੈ ਲਾਂਗੇ, ਅਦਰਵਾਈਜ਼ ਸਟੂਡੈਂਟਸ ਚਾਹੁੰਦੇ ਨੇ ਵੀ ਅਸੀਂ ਆਪ ਹੀ ਆਪਣਾ ਸਾਰਾ ਕਰੀਏ, ਕਿਉਂਕਿ ਤੁਹਾਨੂੰ ਪਤਾ ਵੀ ਇੱਧਰੋਂ ਉੱਧਰ ਭੇਜਣਾ ਬਹੁਤ ਜ਼ਿਆਦਾ ਰਿਸੋਰਸਿਸ ਨੇ ਜੋ ਕਿ ਆਪਾਂ ਨੂੰ ਚਾਹੀਦੇ ਹੁੰਦੇ ਨੇ। ਠੀਕ ਆ ਜੀ, ਸੋ ਉਸ ਰੀਜ਼ਨ ਕਰਕੇ ਜੇ ਆਪਾਂ ਦੇਖੀਏ ਵੀ ਜੇ ਤੁਸੀਂ ਹਜੇ ਪਲੈਨ ਨਹੀਂ ਕੀਤਾ ਹੈਗਾ, ਤੁਸੀਂ ਆਸਟ੍ਰੇਲੀਆ ਪਲੈਨ ਕਰ ਰਹੇ ਹੋ ਹੈ ਨਾ, ਬਟ ਤੁਸੀਂ ਹਜੇ ਸਾਰਾ ਪ੍ਰੋਸੈਸ ਆ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਹੈਗਾ, ਸੋ ਮੇ ਬੀ ਇਸ ਨਿਊਜ਼ ਨੂੰ ਮਾਇੰਡ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਇੱਕ ਵਾਰੀ ਸੋਚ ਲੈਣਾ ਚਾਹੀਦਾ ਹੈ ਵੀ ਕੀ ਆਸਟ੍ਰੇਲੀਆ ਜਿਹੜਾ ਉਹ ਤੁਹਾਡੇ ਲਈ ਇੱਕ ਬੈਟਰ ਓਪਰਚੁਨਿਟੀ ਲੈ ਕੇ ਆਊਗਾ ਜਾਂ ਨਹੀਂ ਲੈ ਕੇ ਆਊਗਾ। ਬਾਕੀ ਆਪਾਂ ਦੇਖਦੇ ਹਾਂ ਐਡਵਰਟੀਜ਼ਮੈਂਟਸ ਨੇ ਜਿਹੜੀਆਂ ਆਸਟ੍ਰੇਲੀਆ ਦੇ ਨਾਮ 'ਤੇ ਕਾਫੀ ਸਮੇਂ ਤੋਂ ਚੱਲ ਰਹੀਆਂ ਨੇ, ਬਹੁਤ ਜ਼ਿਆਦਾ ਕੰਸਲਟੈਂਟ ਨੇ ਫੇਸਬੁੱਕ 'ਤੇ ਆਪਾਂ ਦੇਖਦੇ ਹਾਂ, ਇੰਸਟਾਗ੍ਰਾਮ ਦੇ ਉੱਤੇ ਆਪਾਂ ਦੇਖਦੇ ਹਾਂ, ਚਾਹੇ TV ਦੇ ਉੱਤੇ ਲਾ ਲਓ, ਚਾਹੇ ਨਿਊਜ਼ ਪੇਪਰ ਦੇ ਉੱਤੇ ਲਾ ਲਓ, ਸਟੱਡੀ ਇਨ ਆਸਟ੍ਰੇਲੀਆ, ਸਟੱਡੀ ਇਨ ਆਸਟ੍ਰੇਲੀਆ, ਹਰ ਕੋਈ ਤੁਹਾਨੂੰ ਕਹਿ ਰਿਹਾ ਵੀ ਆਸਟ੍ਰੇਲੀਆ 'ਚ ਸਟੱਡੀ ਕਰੋ ਜੀ, ਤੁਹਾਡੇ 5.5 ਬੈਂਡ ਨੇ, ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਇਹੀ ਇੱਕ ਰੀਜ਼ਨ ਆ ਜਿਹਦੇ ਕਰਕੇ ਉਹ ਸਟੂਡੈਂਟ ਜਿਹੜਾ ਕਿ ਆਪਣੀ ਆਇਲਸ ਕਲੀਅਰ ਨਹੀਂ ਕਰ ਪਾਉਂਦਾ ਹੈਗਾ, ਸਾਰੇ ਮਡਿਊਲਸ ਦੇ ਵਿੱਚੋਂ 6 ਈਚ ਨਹੀਂ ਲੈ ਪਾਉਂਦਾ ਹੈਗਾ, ਉਹਦੇ 2 ਦੇ ਵਿੱਚੋਂ 5.5 ਰਹਿ ਜਾਂਦੇ ਨੇ, ਤਾਂ ਉਹ ਕੀ ਸੋਚਦਾ ਵੀ ਨਹੀਂ ਮੈਂ ਕੈਨੇਡਾ ਨਹੀਂ ਜਾਊਂਗਾ, ਮੈਂ ਆਸਟ੍ਰੇਲੀਆ ਚਲੇ ਜਾਂਦਾ, ਆਸਟ੍ਰੇਲੀਆ 2 ਚੋਂ 5.5 ਐਕਸੈਪਟ ਕਰ ਰਿਹਾ ਹੈ। ਬਟ ਦਾ ਥਿੰਗ ਇਜ਼ ਐਕਸੈਪਟ ਕਰ ਰਿਹਾ ਹੈ, ਨੋ ਪ੍ਰੋਬਲਮ। ਠੀਕ ਆ ਜੀ, ਯੂਨੀਵਰਸਿਟੀਜ਼ ਨੇ ਜਿਹੜੀਆਂ ਉਹ ਵੀਜ਼ੇ ਦੇ ਵੀ ਰਹੀਆਂ ਨੇ, ਆਫਰ ਲੈਟਰਸ ਦੇ ਵੀ ਰਹੀਆਂ ਨੇ, COEs ਵੀ ਕਲੀਅਰ ਹੋ ਰਹੀਆਂ ਨੇ, GT ਕਲੀਅਰ ਹੋ ਰਹੀ ਆ, ਫੰਡਸ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਦਾ ਥਿੰਗ ਇਜ਼ ਵੀ ਕੀ ਤੁਸੀਂ ਫਲਾਈ ਕਰ ਸਕਦੇ ਹੋ,
ਮੇਨ ਰੀਜ਼ਨ ਇਹ ਆ, ਜੇ ਤੁਸੀਂ ਔਨਲਾਈਨ ਪੜ੍ਹੋਗੇ ਤਾਂ ਕੀ ਉਹਨੂੰ ਤੁਹਾਡਾ ਫਾਇਦਾ ਹੋਊਗਾ ਜਾਂ ਫਾਇਦਾ ਨਹੀਂ ਹੋਊਗਾ। ਸੋ ਦਾ ਮੇਨ ਥਿੰਗ ਇਜ਼ ਵੀ ਜੇ ਆਪਾਂ ਉਹਨਾਂ ਦੇ ਓਫੀਸ਼ੀਅਲ ਸੋਰਸਿਸ ਦੀ ਨਿਊਜ਼ ਦੇਖੀਏ ਤਾਂ ਉਹਨਾਂ ਨੇ ਇਹ ਕਿਹਾ ਵੀ 2024 ਤੱਕ ਸਾਡੀ ਜਿਹੜੀ ਇੰਟਰਨੈਸ਼ਨਲ ਟਰੈਵਲ ਆ ਉਹ ਨੋਰਮਲ ਨਹੀਂ ਹੋਊਗੀ। ਤਾਂ ਜੇ ਉਹ ਇਹ ਗੱਲ ਆਪਣੇ ਮੂੰਹੋਂ ਕਹਿ ਰਹੇ ਨੇ ਵੀ ਅਸੀਂ ਸ਼ਾਇਦ 2021 ਦੇ ਐਂਡ ਤੱਕ ਹੌਲੀ ਹੌਲੀ ਜਿਹੜੇ ਫੋਰਨਰਸ ਨੇ ਉਹਨਾਂ ਨੂੰ ਬੁਲਾਵਾਂਗੇ ਜਾਂ ਫਿਰ 2022 ਦੇ ਸ਼ੁਰੂ ਦੇ ਵਿੱਚ ਬੁਲਾਵਾਂਗੇ। ਸੋ ਇਹ ਗੱਲ ਸੋਚਣ ਵਾਲੀ ਆ ਵੀ ਕੀ ਆਸਟ੍ਰੇਲੀਆ ਜਿਹੜਾ ਇੱਕ ਵਧੀਆ ਫਿਊਚਰ ਤੁਹਾਨੂੰ ਦੇ ਸਕਦਾ ਜਾਂ ਨਹੀਂ ਦੇ ਸਕਦਾ। ਨੋ ਡਾਊਟ ਇੱਕ ਨਿਊਜ਼ ਆ ਜਿਹੜੀ ਉਹ ਹੋਰ ਵੀ ਆਈ ਓਫੀਸ਼ੀਅਲ ਰਿਸੋਰਸਿਸ ਤੋਂ, ਸੇਮ ਜੋ ਕੈਨੇਡਾ ਨੇ ਕੀਤਾ ਸੀਗਾ ਉਹੀ ਆਸਟ੍ਰੇਲੀਆ ਹੈ ਜਿਹੜਾ ਉਹ ਵੀ ਕਰਨ ਜਾ ਰਿਹਾ ਹੈ। ਹਜੇ ਫਾਈਨਲਾਈਜ਼ ਕੋਈ ਨਿਊਜ਼ ਨਹੀਂ ਹੋਈ ਹੈਗੀ, ਮਤਲਬ ਸੁਣਨ ਦੇ ਵਿੱਚ ਆਇਆ ਵੀ ਇਹ ਚੀਜ਼ ਹੋ ਸਕਦੀ ਆ, ਬਟ ਫਾਈਨਲ ਉਦੋਂ ਹੀ ਹੋਊਗਾ ਜਦੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਮੋਰਿਸਨ ਨੇ ਜਿਹੜੇ ਉਹ ਖੁਦ ਇਸ ਚੀਜ਼ ਦੀ ਪੁਸ਼ਟੀ ਕਰਨਗੇ। ਕਿਉਂਕਿ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਜਿਹੜੇ ਸਟੂਡੈਂਟ ਆਪਣੀ ਸਟੱਡੀ ਔਨਲਾਈਨ ਪੂਰੀ ਕਰਨਗੇ, ਚਾਹੇ ਉਹ 4 SEM ਕਰਦੇ ਆ, ਚਾਹੇ ਉਹ 5 ਜਾਂ 6 ਜਿੰਨੇ ਸਾਲ ਦੀ ਸਟੱਡੀ ਆ, 2 ਸਾਲ ਦੀ ਆ, 3 ਸਾਲ ਦੀ ਆ ਜਾਂ 1.5 ਸਾਲ ਦੀ ਆ, ਵੀ ਜੇ ਉਹ ਕਿਸੇ ਹੋਰ ਕੰਟਰੀ ਦੇ ਵਿੱਚੋਂ ਔਨਲਾਈਨ ਆਪਣੀ ਸਟੱਡੀ ਪੂਰੀ ਕਰਦੇ ਨੇ ਵੀ ਅਸੀਂ ਉਹਨਾਂ ਨੂੰ ਆਸਟ੍ਰੇਲੀਆ ਦਾ ਜੋ ਪੋਸਟ ਸਟੱਡੀ ਵਰਕ ਪਰਮਿਟ ਹੁੰਦਾ ਹੈ ਵੀ ਉਹਨੂੰ ਉਹ ਅਪਲਾਈ ਕਰ ਸਕਦੇ ਨੇ। ਮਤਲਬ ਵੀ ਜੇ ਤੁਸੀਂ ਇੱਧਰੋਂ ਆਪਣੀ ਸਾਰੀ ਸਟੱਡੀ ਪੂਰੀ ਕੀਤੀ ਆ ਅਤੇ ਜੇ ਤੁਸੀਂ ਆਪਣਾ ਵਰਕ ਪਰਮਿਟ ਆ ਜਿਹੜਾ ਆਸਟ੍ਰੇਲੀਆ ਦਾ ਜੋ ਕਿ ਆਪਾਂ ਨੂੰ ਸਟੂਡੈਂਟ ਵੀਜ਼ੇ ਤੋਂ ਬਾਅਦ ਮਿਲਦਾ ਹੈ, ਵੀ ਜੇ ਤੁਸੀਂ ਉਹ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਉਹ ਮਿਲ ਸਕਦਾ ਹੈ। ਸੋ ਇਹ ਜੇ ਨਿਊਜ਼ ਆਉਂਦੀ ਆ, ਸੋ ਸਟਿਲ ਕੁਛ ਨਾ ਕੁਛ ਰਾਹਤ ਆ ਜਿਹੜੀ ਉਹ ਜ਼ਰੂਰ ਮਿਲੂਗੀ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ ਕਿ ਔਲਰੇਡੀ ਆਪਣੀ ਇੱਧਰੋਂ ਐਜੂਕੇਸ਼ਨ ਆ ਜਿਨ੍ਹਾਂ ਨੇ ਔਨਲਾਈਨ ਸ਼ੁਰੂ ਕਰ ਲਈ ਆ। ਬਟ ਸਟਿਲ ਜੇ ਆਪਾਂ ਦੇਖੀਏ ਵੀ ਚਲੋ 2021 ਦੇ ਐਂਡ ਤੱਕ ਜਾਂ 2022 ਦੇ ਵਿੱਚ ਤੁਹਾਡੀ ਸਟੱਡੀ ਪੂਰੀ ਹੋ ਗਈ, ਤੁਹਾਨੂੰ ਵਰਕ ਪਰਮਿਟ ਆ ਜਿਹੜਾ ਉਹ ਤੁਸੀਂ ਅਪਲਾਈ ਕਰਤਾ, ਬਟ ਦਾ ਥਿੰਗ ਇਜ਼ ਵੀ ਜੋ ਨਿਊਜ਼ ਹੁਣ ਆ ਰਹੀ ਆ, ਜੇ ਉਹ ਕਹਿ ਰਹੇ ਨੇ ਵੀ 2024 ਤੱਕ ਅਸੀਂ ਨੋਰਮਲ ਨਹੀਂ ਕਰਾਂਗੇ, ਤਾਂ ਹੋ ਸਕਦਾ ਵੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਨੇ ਉਹਨਾਂ ਨੂੰ ਉਹ ਅਸੈਂਸ਼ੀਅਲ ਕੈਟੇਗਰੀ ਦੇ ਵਿੱਚ ਨਾ ਲੈ ਕੇ ਆਉਣ। ਉਹ ਮਤਲਬ ਇਹ ਵੀ ਕਹਿ ਸਕਦੇ ਨੇ ਨਾ ਵੀ ਅਸੀਂ ਪਹਿਲਾਂ ਉਹਨਾਂ ਨੂੰ ਬੁਲਾਵਾਂਗੇ ਜੋ ਸਾਡੇ ਲਈ ਜ਼ਿਆਦਾ ਜ਼ਰੂਰੀ ਨੇ, ਜੋ ਸਾਡੇ ਲਈ ਅਸੈਂਸ਼ੀਅਲ ਨੇ। ਹੋ ਸਕਦਾ ਜਿਹੜੇ ਪਹਿਲਾਂ PR ਨੇ ਉਹਨਾਂ ਨੂੰ ਬੁਲਾਉਣ, ਹੋ ਸਕਦਾ ਜੋ ਸਿਟੀਜ਼ਨਸ ਨੇ ਪਹਿਲਾਂ ਉਹਨਾਂ ਨੂੰ ਬੁਲਾਉਣ, ਹੋ ਸਕਦਾ ਜਿਨ੍ਹਾਂ ਸਟੂਡੈਂਟਸ ਨੇ ਰੀਸੈਂਟ ਫੀਸਸ ਭਰੀਆਂ ਹੋਣ ਉਹਨਾਂ ਨੂੰ ਬੁਲਾਉਣ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਸੋਚਣ ਯੋਗ ਬਣਦੀਆਂ ਨੇ। ਆਸਟ੍ਰੇਲੀਆ ਦੇ ਨਾਮ ਦੇ ਉੱਤੇ ਹਰ ਕੋਈ ਪਬਲਿਸਿਟੀ ਕਰ ਰਿਹਾ ਹੈ, ਹਰ ਕੋਈ ਐਡਵਰਟੀਜ਼ਮੈਂਟ ਕਰ ਰਿਹਾ ਵੀ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲਾਓ, ਤੁਹਾਡੇ 5.5 ਨੇ, ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਬਟ ਦਾ ਥਿੰਗ ਇਜ਼ ਵੀ ਇੱਕ ਵਾਰੀ ਸਾਰਿਆਂ ਨੂੰ ਸੋਚਣਾ ਜ਼ਰੂਰੀ ਆ। ਠੀਕ ਆ ਜੀ, ਤੁਸੀਂ ਜਦ ਵੀ ਕਿਸੇ ਤੋਂ ਵੀ ਸਲਾਹ ਲੈਂਦੇ ਹੋ ਤਾਂ ਹਮੇਸ਼ਾ ਉਸ ਬੰਦੇ ਤੋਂ ਸਲਾਹ ਲਓ ਜਿਹੜਾ ਤੁਹਾਨੂੰ ਇੱਕ ਸਹੀ ਰਸਤਾ ਦੱਸੂਗਾ ਵੀ ਕੀ ਤੁਹਾਡੇ ਲਈ ਓਪਰਚੁਨਿਟੀਜ਼ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ, ਵੀ ਅੱਗੇ ਫਿਊਚਰ ਆ ਜਿਹੜਾ ਵੀ ਉਹ ਕੀ ਹੋਊਗਾ। ਤੁਸੀਂ ਖੁਦ ਵੀ ਇਸ ਚੀਜ਼ ਦੇ ਉੱਤੇ ਵਰਕਆਊਟ ਕਰ ਸਕਦੇ ਹੋ। ਇੰਟਰਨੈਟ ਆਪਣੇ ਸਾਰਿਆਂ ਕੋਲ ਹੈਗਾ ਹੈ, ਹਰ ਇਕੱਲੀ ਇਕੱਲੀ ਚੀਜ਼ ਆ ਜਿਹੜੀ ਉਸ ਇੰਟਰਨੈਟ ਦੀਆਂ ਜਿਹੜੀਆਂ ਇਹਨਾਂ ਦੀਆਂ ਓਫੀਸ਼ੀਅਲ ਸਾਈਟਸ ਨੇ ਉਹਨਾਂ ਦੇ ਉੱਤੇ ਮੈਨਸ਼ਨ ਹੁੰਦੀ ਆ। ਸੋ ਤਾਂ ਕਰਕੇ ਵੀ ਜੇ ਤੁਸੀਂ ਆਪਣਾ ਪਲੈਨ ਕਰ ਰਹੇ ਹੋ ਆਸਟ੍ਰੇਲੀਆ ਦਾ, ਠੀਕ ਆ ਜੀ, ਜਾਂ ਤੁਸੀਂ ਕੀਤਾ ਹੋਇਆ ਹੈ, ਜਿਨ੍ਹਾਂ ਦਾ ਕੀਤਾ ਹੋਇਆ ਹੈ, ਸੋ ਆਰ ਨਥਿੰਗ ਕੁਡ ਬੀ ਡਨ ਜੇ ਤੁਹਾਡੀਆਂ ਫੀਸਸ ਆਲਰੇਡੀ ਜਾ ਚੁੱਕੀਆਂ ਨੇ। ਬਟ ਜਿਨ੍ਹਾਂ ਨੇ ਹਜੇ ਕਰਨਾ ਹੈ, ਸੋ ਇੱਕ ਵਾਰੀ ਪਲੀਜ਼ ਕਿਸੇ ਵਧੀਆ ਕੰਸਲਟੈਂਟ ਤੋਂ ਇੱਕ ਵਾਰੀ ਹੈ ਨਾ ਤੁਸੀਂ ਜ਼ਰੂਰ ਸਲਾਹ ਲਵੋ, ਜਿਹੜਾ ਕਿ ਤੁਹਾਨੂੰ ਆਪਣੇ ਫਾਇਦਾ ਇੱਕ ਪਾਸੇ ਰੱਖ ਕੇ, ਆਪਣਾ ਫਾਇਦਾ ਸਾਰਾ ਛੱਡ ਕੇ, ਵੀ ਜੋ ਉਹਨੂੰ ਕਮਿਸ਼ਨ ਆਊਗਾ, ਜੋ ਪੈਸੇ ਬਣਾਊਗਾ, ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਵੀ ਫਿਰ ਤੁਹਾਨੂੰ ਚੰਗੀ ਸਲਾਹ ਦੇਵੇ ਵੀ ਕੀ ਉਹ ਚੀਜ਼ ਆ ਜਿਹੜੀ ਤੁਹਾਡੇ ਫਿਊਚਰ ਦੇ ਲਈ ਸਹੀ ਹੋਊਗੀ ਜਾਂ ਨਹੀਂ ਹੋਊਗੀ। ਸਾਡੇ ਖੁਦ ਦੇ ਵੀਜ਼ਾਸ ਲੱਗੇ ਹੋਏ ਸੀਗੇ ਆਸਟ੍ਰੇਲੀਆ ਦੇ, ਅਸੀਂ ਖੁਦ ਦੇ ਅਪਲਾਈ ਕੀਤੇ ਹੋਏ ਸੀਗੇ, ਸੋ ਮੇ ਬੀ ਸਾਨੂੰ ਵੀ ਹੁਣ ਕੀ ਅਸੀਂ ਰਿਵਾਈਜ਼ ਕਰਾਂਗੇ, ਅਸੀਂ ਸਟੂਡੈਂਟਸ ਦੇ ਲਈ ਪੋਸੀਬਿਲਿਟੀਜ਼ ਦੇਖਾਂਗੇ ਵੀ ਜੇ ਅਸੀਂ ਉਹਨਾਂ ਦੇ ਕੇਸਿਸ ਨੇ ਜਿਹੜੇ ਵਿਦਡਰਾਅ ਕਰਵਾ ਲਈਏ ਆਸਟ੍ਰੇਲੀਆ ਤੋਂ ਤਾਂ ਕਿੰਨਾ ਕੁ ਜ਼ਿਆਦਾ ਮਤਲਬ ਲਾ ਲਈਏ ਵੀ ਪੋਸੀਬਿਲਿਟੀ ਹੋ ਸਕਦੀ ਆ ਵੀ ਉਹਨਾਂ ਦੇ ਕੇਸ ਵਿਦਡਰਾਅ ਕਰਵਾਏ ਜਾਣ ਅਤੇ ਉਹਨਾਂ ਦਾ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦਾ ਅਸੀਂ ਸੋਚੀਏ। ਸੋ ਅਸੀਂ ਖੁਦ ਵੀ ਉਹ ਚੀਜ਼ ਸੋਚ ਰਹੇ ਹਾਂ, ਬਟ ਇਹ ਚੀਜ਼ ਹਰ ਕੋਈ ਨਹੀਂ ਸੋਚਦਾ ਹੈਗਾ। 100 ਚੋਂ 10 ਜਾਣੇ ਹੁੰਦੇ ਨੇ ਜਿਹੜੇ ਕਿ ਕਿਸੇ ਦਾ ਫਿਊਚਰ ਦੇਖਣਗੇ, ਨਹੀਂ ਤਾਂ ਹਰ ਕੋਈ ਆਪਾਂ ਨੂੰ ਪਤਾ ਹੀ ਆਪਣਾ ਪਹਿਲਾਂ ਦੇਖਦਾ, ਦੂਜਿਆਂ ਦਾ ਬਾਅਦ ਦੇ ਵਿੱਚ ਦੇਖਦਾ ਹੀ। ਬਟ ਸਟੂਡੈਂਟਸ ਨੇ ਜਿਹੜੇ ਆਪਾਂ ਨੂੰ ਪਤਾ ਹੈ ਵੀ ਉਹ ਫਿਊਚਰ ਨੇ, ਹਰ ਇੱਕ ਜਗ੍ਹਾ ਦਾ ਫਿਊਚਰ ਨੇ, ਚਾਹੇ ਉਹ ਆਪਣੇ ਦੇਸ਼ ਦਾ ਲਾ ਲਈਏ ਜਾਂ ਕਿਸੇ ਹੋਰ ਦੇਸ਼ ਦਾ ਲਾ ਲਈਏ ਜਾਂ ਸਾਡਾ ਲਾ ਲਈਏ, ਸਾਡਾ ਫਿਊਚਰ ਵੀ ਸਟੂਡੈਂਟਸ ਨੇ। ਜੇ ਅਸੀਂ ਸਟੂਡੈਂਟ ਨੂੰ ਵਧੀਆ ਗਾਈਡ ਕਰਦੇ ਹਾਂ ਤਾਂ ਹੀ ਸਾਡੇ ਕੋਲ ਕੱਲ੍ਹ ਨੂੰ ਕੋਈ ਅੱਗੋਂ ਸਟੂਡੈਂਟ ਅਗਲੇ ਰੈਫਰ ਕਰਦੇ ਨੇ। ਸੋ ਤਾਂ ਕਰਕੇ ਦੁਬਾਰਾ ਤੋਂ ਮੈਂ ਫਿਰ ਕਹਿ ਰਿਹਾ, ਆਸਟ੍ਰੇਲੀਆ ਮੇ ਬੀ ਇੰਟਰਨੈਸ਼ਨਲ ਟਰੈਵਲ ਆ ਜਿਹੜਾ ਉਹ ਨੋਰਮਲ ਨਹੀਂ ਹੋਊਗਾ।
2024 ਤੱਕ, ਅਤੇ ਜੇ ਉਹ ਬੁਲਾਉਣਗੇ ਵੀ ਹੌਲੀ ਹੌਲੀ ਤਾਂ 2021 ਦੇ ਐਂਡ ਜਾਂ ਫਿਰ 2022 ਦਾ ਜਿਹੜਾ ਫਸਟ ਕੁਆਟਰ ਆ ਉਦੋਂ ਤੱਕ ਪੋਸੀਬਲ ਨਹੀਂ ਹੈਗਾ ਵੀ ਤੁਸੀਂ ਆਸਟ੍ਰੇਲੀਆ ਟਰੈਵਲ ਕਰ ਸਕਦੇ ਹੋ। ਬਿਲਕੁਲ ਟੋਟਲੀ ਲੋਕਡਾਊਨ ਉਹਨਾਂ ਨੇ ਆਪਣੇ ਜਿਹੜੇ ਬਾਰਡਰਸ ਨੇ ਉਹ ਕੀਤੇ ਹੋਏ ਨੇ, ਟਰੈਵਲ ਕਰਨਾ ਪੋਸੀਬਲ ਨਹੀਂ ਹੈਗਾ। ਸੋ ਜੇ ਤੁਸੀਂ ਆਪਣਾ ਆਸਟ੍ਰੇਲੀਆ ਦਾ ਸੁਪਨਾ ਦੇਖੀ ਬੈਠੇ ਹੋ ਜਾਂ ਫਿਰ ਤੁਸੀਂ ਚਾਹੁੰਦੇ ਹੋ ਵੀ ਆਸਟ੍ਰੇਲੀਆ ਜਾਣਾ ਹੈ, ਸੋ ਜੋ ਵੀ ਆਸਟ੍ਰੇਲੀਆ ਦੇ ਨਾਮ 'ਤੇ ਐਡਵਰਟੀਜ਼ਮੈਂਟ ਕੀਤੀ ਜਾਂਦੀ ਆ, ਤੁਸੀਂ 2-5 ਹੋ, ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਸੋ ਹੁਣ ਤੁਹਾਡੇ ਕੋਲ ਟਾਈਮ ਹੈਗਾ ਹੈ, ਠੀਕ ਆ ਜੀ, ਚਾਹੇ ਲੋਕਡਾਊਨ ਹੋ ਗਿਆ ਸੋਰੀ, ਤਾਂ ਆਪਣੀਆਂ ਜਿਹੜੀਆਂ ਸਟੱਡੀਜ਼ ਨੇ ਆਇਲਸ ਆ ਜੋ ਆਪਣੀ ਉਹਨੂੰ ਕੰਟੀਨਿਊ ਰੱਖੋ। ਇਹ 2-3 ਮਹੀਨੇ ਜੋ ਆਪਣੇ ਕੋਲ ਹੈਗੇ ਨੇ ਇਹਨਾਂ ਨੂੰ ਯੂਟੀਲਾਈਜ਼ ਕਰੋ। ਜੇ 2-5 ਨੇ ਉਹਨਾਂ 'ਚੋਂ ਵੀ 5.5 ਨੂੰ 6 ਦੇ ਉੱਤੇ ਲੈ ਕੇ ਜਾਓ ਖਿੱਚ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਕਿ ਤੁਹਾਨੂੰ ਆਸਟ੍ਰੇਲੀਆ ਹੈ ਜਿਹੜਾ ਉਹਦੀ ਬਜਾਏ ਵਧੀਆ ਆਪਸ਼ਨਸ ਮਿਲ ਸਕਣ, ਤੁਸੀਂ ਕੈਨੇਡਾ ਅਪਲਾਈ ਕਰ ਸਕੋ, ਠੀਕ ਆ ਜੀ, ਜਾਂ ਕਿਸੇ ਹੋਰ ਵਧੀਆ ਕੰਟਰੀ ਦੇ ਵਿੱਚ ਅਪਲਾਈ ਕਰ ਸਕੋ। ਬੈਸਟ ਆ ਕੈਨੇਡਾ, ਹੈ ਨਾ, ਹੋਰ ਵਧੀਆ ਆਪਾਂ ਕੋਈ ਕਹਿ ਵੀ ਨਹੀਂ ਸਕਦੇ ਹੈਗੇ। ਸੋ ਐਟ ਦੀ ਮੂਮੈਂਟ ਜੇ ਆਪਾਂ ਦੇਖੀਏ ਦਾ ਬੈਸਟ ਇਜ਼ ਓਨਲੀ ਕੈਨੇਡਾ। ਸੋ ਜੇ ਤੁਸੀਂ ਹੈ ਨਾ ਇਹ ਚੀਜ਼ ਕਰ ਲਓ, ਸੋ ਆਈ ਥਿੰਕ ਉਹ ਤੁਹਾਡੇ ਲਈ ਜ਼ਿਆਦਾ ਬੈਟਰ ਹੋਊਗੀ। ਬਾਕੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੁਇਰੀਜ਼ ਲੈਣੀਆਂ ਚਾਹੁੰਦੇ ਹੋ ਕਿ ਇਮੀਗ੍ਰੇਸ਼ਨ ਦੇ ਰਿਲੇਟਡ ਜਾਂ ਆਇਲਸ ਦੇ ਰਿਲੇਟਡ, ਸਾਡੇ ਆਫਿਸਰਸ ਨੇ ਜਿਹੜੇ ਉਹ ਸਟਿਲ ਓਪਨ ਨੇ, ਕਲਾਸਿਸ ਚਾਹੇ ਨਹੀਂ ਲੱਗ ਰਹੀਆਂ, ਆਫਿਸਰਸ ਨੇ ਜਿਹੜੇ ਉਹ ਸਟਿਲ ਓਪਨ ਨੇ। ਸੋ ਜੇ ਤੁਸੀਂ ਉਹ ਸਲਾਹ ਲੈਣੀ ਆ ਜੋ ਕਿ ਤੁਹਾਡੇ ਫਿਊਚਰ ਨੂੰ ਲੈ ਕੇ ਹੋਊਗੀ, ਵੀ ਤੁਹਾਡੀਆਂ ਜਿਹੜੀਆਂ ਪੋਸੀਬਿਲਿਟੀਜ਼ ਨੇ ਤੁਹਾਡੇ ਲਈ ਉਹ ਵਧੀਆ ਨੂੰ ਲੈ ਕੇ ਹੋਊਗੀ ਸਾਰਾ ਕੁਛ, ਜੇ ਤੁਸੀਂ ਮਤਲਬ ਆਪਣੇ ਲਈ ਚਾਹੁੰਦੇ ਹੋ ਵੀ ਪਰਫੈਕਟ ਹੋਵੇ, ਤਾਂ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ, ਠੀਕ ਆ ਜੀ। ਸਾਡਾ ਆਫਿਸ GTV ਮਾਰਕੀਟ ਖੰਨਾ, ਠੀਕ ਆ ਜੀ, ਅਤੇ ਜਾਂ ਫਿਰ ਤੁਸੀਂ ਸਾਡੇ ਪੇਜ ਦੇ ਉੱਤੇ ਜਾ ਕੇ ਜੋ ਗਿਵਨ ਨੰਬਰਸ ਨੇ ਉਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਮੈਸੇਜ ਡਰੋਪ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਲੋੜ ਆ ਜੀ। ਇੰਨਾ ਕਹਿੰਦਾ ਹੋਇਆ ਖਿਮਾ ਦਾ ਯਾਚਕਾਂ ਜੀ, ਸਤਿ ਸ਼੍ਰੀ ਅਕਾਲ।